ਪਹਿਲਾਂ ਕਹਿੰਦੇ ਸੀ ਸਰਦਾਰ ਬੰਦਾ ਫੈਸ਼ਨ ਨਹੀਂ ਕਰ ਸਕਦਾ ਤੇ ਮੈਂ ਕਿਹਾ ਮੈਂ ਤਾਂ ਕਰਕੇ ਦਿਖਾਉਂ ਫਿਰ ਕਹਿੰਦੇ ਸਰਦਾਰ ਬੰਦਾ ਫਿਲਮਾਂ 'ਚ ਨਹੀਂ ਆ ਸਕਦਾ ਮੈਂ ਕਿਹਾ ਮੈਂ ਤਾਂ ਕਰਕੇ ਦਿਖਾਉਂ ਫਿਰ ਕਹਿੰਦੇ ਪੰਜਾਬੀ ਫਿਲਮਾਂ 'ਚ ਚਲ ਗਿਆ ਬੰਬੇ ਨਹੀਂ ਜਾ ਸਕਦਾ ਮੈਂ ਕਿਹਾ ਮੈਂ ਤਾਂ ਕਰਕੇ ਦਿਖਾਉਂ ਫਿਰ ਕਹਿੰਦੇ ਬਾਹਰ ਅਰੀਨਾ ਸੋਲਡ ਆਊਟ ਨਹੀਂ ਹੋ ਸਕਦੇ ਮੈਂ ਕਿਹਾ ਮੈਂ ਤਾਂ ਸਟੇਡੀਅਮ ਕਰਕੇ ਦਿਖਾਉਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਮੈਂ ਇਲੂਮੀਨਾਟੀ ਦਾ ਬਹੁਤ ਵੱਡਾ ਫੈਨ ਹਾਂ ਤੇ ਰਾਮ ਰਾਮ ਸਾਰਿਆਂ ਨੇ ਤੇ ਮੈਂ ਹੂੰ ਆਪਕਾ ਦੋਸਤ ਔਰ ਹੋਸਟ ਪ੍ਰਸੀ ਚੈਵਲਨ ਟੋਕ ਤੇ ਕਹਿ ਇੱਕ ਨਵਾਂ ਵਲੌਗ ਤੋਂ ਬਿਨਾਂ ਕਿਸੇ ਦੇਰੀ ਕੇ ਸ਼ੁਰੂ ਕਰਤੇ ਹੈ ਲਾਈਕ ਔਰ ਸਬਸਕ੍ਰਾਈਬ ਕੀ ਬਾਰਿਸ਼ ਮਨ ਕੋ ਬਹੁਤ ਅੱਛਾ ਲੱਗਤਾ ਹੈ तो दोस्तों दिलजीत दोसांझ की ये तीसरी फ्रेंचाइजी की तीसरी मूवी है। जी हाँ, सही सुना आपने। फ्रेंचाइजी नंबर वन ये थी कि जटन जूलियट 1, जटन जूलियट 2, जटन जूलियट 3, ये तीसरी है। तो आओ साथ में जटन जूलियट 3 का ट्रेलर देखते हैं। आओ, अगर आपने नहीं देखा तो लिंक मैं आपको दे दूंगा, तो खूब सारा प्यार उसको भी देना। तो आओ यार, तेरा दिमाग खराब है। तेरा खराब है? तू मोर्शी क्यों लगी? तू वकील क्यों नहीं लगी? तू गलता छोड़ा मेरी। Don't touch me. ओ तक्का ना मार, तक्का ना मार। मैं मारा ना सफेदे जाके बचेगी। मैं मारे ना जाके पंजाब च डिगेगा। मैं मारा ना चांद ते पहुंचेगी। मैं मारे ना वायुमंडल तो बाहर जाएगा। मार तू मार मार, मैं भी देख के मैं भारत आने दा चंद्रयान। मार मारे जूलियट, तेरा जट बड़ा सैड नी। एक कुड़ी है मोर्शी, कुछ लगे बैड नी। 75,000 ओदी तनखा, 45,000 मेरी तनखा, 10,000 मेरी रिश्वत, 60,000 होगी रिश्वत। कितने बन गए महीने दे? 2,00,000 रुपये। 2,00,000। जरा चंद्रमा सी ना धरती नू बहुत पसंद करता सी, पर कदे कह दे जे किते कह देंदा ता चंद दा मामा ना। स्टाइलिंग देख रहे हो? कौन कह देने पूजा जी? चंद कह सकदा जी, राहु केतु नी, नाले ग्रहां दा ता लाज हो तेरा लाज करना पवे मैं। ओ नशा तेरे विच किन्ना बेबी। मैं तो तेरे हाथ दी रोटियां ब्याह तो बाद रोज खानियां। मैं क्यों पकाऊंगी? मैं तेरे बराबर काम कर दिया ना। तू साडा हक इथे रख ली नारी है। मेरी मम्मी रोटियां बनाउंदी, पर तेरी मां अनपढ़। तेरा प्यो काला है, फिर तू कहेगी बॉडी शेमिंग करदा। पर तेरी मां है अनपढ़ ते तेरा प्यो है काला। ਪਰਮਾਤਾ ਮੈਨੂੰ ਚੰਗੀ ਲੱਗਣ ਲੱਗ ਪਈ ਸੀ, ਮੈਨੂੰ ਪਿਆਰ ਹੋ ਗਿਆ ਸੀ ਉਹਦਾ। ਜੇ ਪਿਆਰ ਕਰਨਾ ਸੀ ਨਾ ਪੁੱਤ ਤਾਂ ਪੈਰਿਸ ਚ ਜੰਮਣਾ ਸੀ ਜਿੱਥੇ ਉਹ ਟ੍ਰਾਂਸਫਾਰਮ ਹੈ। ਪਰ ਫਿਰ ਜਾ ਰਾਜਾ ਪੁੰਨੂ ਮਹੀਵਾਲ ਇਹ ਪੰਜਾਬ ਵਿੱਚ ਜੰਮੇ ਸੀ ਮਾਤਾ। ਮਰੇ ਨਾ ਫਿਰ ਕੁੱਤੇ ਦੀ ਮੌਤ, ਕੁੱਤੇ ਦੀ ਮੌਤ। ਮੇਰੀ ਬੁੱਗੀ, ਮੇਰੀ ਬੁੱਗੀ। ਉਹ ਕੌਣ ਆ? ਉਹ ਇਹ ਦੇਸ਼ ਦੀ ਬੇਟੀ ਆ ਜੀ, ਦੇਸ਼ ਦੀ ਬੇਟੀ ਦੀ ਹੈਲਪ, ਦੇਸ਼ ਦੀ ਹੈਲਪ। ਆਫਟਰ ਆਲ ਬੇਗਾਨੇ ਮੁਲਕ 'ਚ ਪੰਜਾਬੀ ਪੰਜਾਬੀ ਦੇ ਕੰਮ ਹੁੰਦਾ ਨਾ ਜੀ। ਜੇ ਪੌਕਟਾਂ ਭਰੀਆਂ ਰਹਿ, ਹੋ ਅੱਗੇ ਪਿੱਛੇ ਅੱਗੇ ਪਿੱਛੇ ਭਰੀਆਂ। ਹੁਣ ਤਾਂ ਮੈਂ ਤੈਨੂੰ ਬੁੱਢੀ ਲੱਗੂਗੀ ਨਾ, ਤੂੰ ਤਾਂ ਪਾਲਦਾ ਕੱਚੀ ਕੱਚੀ ਹੈ ਨਾ। ਕੱਚੀ ਕੱਚੀ ਅੱਗ ਦਾ ਦੀ ਗੱਲ ਕੀਤੀ ਹੁਣ ਤੂੰ ਹੈ? ਜੇ ਅਸੀਂ ਕੀਤੀ ਹੁੰਦੀ ਤਾਂ ਮੇਰਾ ਜਿਸਾ ਮੇਰਾ ਰੂਲ ਵਾਲੀਆਂ ਨੇ ਕਹਿਣਾ ਸੀਗਾ ਵੀ ਆਹ ਦੇਖੋ ਮੇਲ ਜਰ। ਜੀ ਤੁਸਾਂ ਨੇ ਦੋ ਦੋ ਸਾਮ ਰੱਖਿਆ ਨੇ, ਅਸਾਂ ਕੋਲ ਇੱਕ ਵੀ ਨਹੀਂ। ਇੱਕ ਦੇ ਦਿਓ ਨਾ, ਤੁਸੀਂ ਕੀ ਕਰੋ ਤੇ ਦੋ ਦਾ? ਪੱਗ ਦੀ ਪੂਣੀ ਕਰਾਇਆ ਕਰ, ਦੋਨੇ ਪੱਗ ਦੀ ਪੂਣੀ ਕਰਿਆ ਕਰਨਗੇ। ਮੈਂ ਵਿਚਾਲੇ ਭੱਜ ਭੱਜ ਕੇ ਠੀਕ ਕਰਿਆ ਕਰੂੰਗੀ। ਕਿੱਦਾਂ ਰਹੂਗਾ? ਅੱਗੇ ਵਜਾ ਨਹੀਂ ਤਾਂ ਫੈਂਟੂ ਬਹੁਤ ਖੁੱਤੀਆਂ ਪੈਣੀਆਂ 27 ਜੂਨ ਨੂੰ। ਆਇਓ ਆਇਓ ਗਾਇਜ਼, ਮੈਂ ਤਾਂ ਜਾ ਰਹੂੰ 27 ਜੂਨ ਨੂੰ ਇਹਨਾਂ ਨੂੰ ਵੇਖਣ ਵਾਸਤੇ, ਤੇ ਆਪਾਂ ਵੀ ਆ ਜਿਓ। ਔਰ ਬਸ वीडियो में बस इतना ही। यू नो व्हाट टू डू, लाइक एंड सब्सक्राइब की बारिश। लव यू, सत श्री अकाल।